ਨਿਰੰਕਾਰ ਜੀ। ਸਾਧ ਸੰਗਤ, ਸਤਿਗੁਰ ਸੱਚੇ ਪਾਤਸ਼ਾਹ ਦਾ ਇਹ ਦਰਬਾਰ ਨਿਰੰਕਾਰੀ ਮਿਸ਼ਨ ਦੇ ਅੰਦਰ ਰੱਬ ਦੇ ਦਰਸ਼ਨ ਕਰਾਏ ਜਾਂਦੇ ਹਨ। ਐ ਦੁਨੀਆ ਵਾਲੋ, ਜਿਹਦੀ ਭਗਤੀ ਕਰਦੇ ਹੋ, ਰਾਮ ਕਹੋ, ਵਾਹਿਗੁਰੂ ਕਹੋ, ਅੱਲਾ ਕਹੋ, ਪ੍ਰਭੂ ਕਹੋ, ਪਰਮਾਤਮਾ ਕਹੋ, ਭਗਵਾਨ ਕਹੋ, ਪਰ ਉਹਦੇ ਦਰਸ਼ਨ ਕਰ ਲਓ। ਜਿਹੜਾ ਕਣ ਕਣ 'ਚ ਬੈਠਾ, ਪੱਤੇ ਪੱਤੇ, ਡਾਲੀ ਡਾਲੀ, ਜਰੇ ਜਰੇ 'ਚ ਬੈਠਾ, ਬੁੱਲੇ ਨੂੰ ਲੋਕੀ ਮੱਤਾਂ ਦਿੰਦੇ, ਬੁੱਲਿਆ ਜਾਓ ਵਿੱਚ ਮਸੀਤੀ। ਵਿੱਚ ਮਸੀਤੀ ਕੀ ਕੁਝ ਹੁੰਦਾ ਜੇ ਦਿਲੋਂ ਨਵਾਜ਼ ਨਾ ਕੀਤੀ। ਸਾਧ ਸੰਗਤ, ਸਾਈਂ ਬੁੱਲੇ ਸ਼ਾਹ ਜੀ ਕਹਿਣ ਲੱਗੇ, ਸਤਿਸੰਗ ਨੂੰ ਜਦੋਂ ਅਸੀਂ ਦਿਲ ਤੋਂ ਸੁਣਦੇ ਹਾਂ, ਬੜਾ ਹੀ ਆਨੰਦ ਆ ਜਾਂਦਾ ਹੈ। ਨਫਲ ਨਵਾਜ਼ਾਂ ਕੰਮ ਜਿਨ੍ਹਾਂ ਦੇ ਰੋਜੇ ਸਦਕਾ ਰੋਟੀ ਹੋ, ਉੱਚੀਆਂ ਬਾਂਗਾਂ ਸੋਈ ਦੇ ਬਣਨੀਤ ਜਿਨ੍ਹਾਂ ਦੀ ਖੋਟੀ ਹੋ, ਕੀ ਪਰਵਾਹ ਤਿਨ੍ਹਾਂ ਨੂੰ ਬਾਹੂ ਜਿਨ੍ਹਾਂ ਘਰ ਵਿੱਚ ਲਾਲੀ ਬੂਟੀ ਹੋ। ਮੇਰੇ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਮਹਾਂਵਾਕ ਵਰ ਦੇ ਰਹੇ ਹਨ, 1251 ਨੰਬਰ 'ਤੇ ਕਦੇ ਪੜ੍ਹੋ ਗੁਰੂ ਗ੍ਰੰਥ ਸਾਹਿਬ ਸਾਰੰਗ ਕੀ ਵਾਰ ਦੇ ਅੰਦਰ ਕਹਿੰਦੇ, ਭਾਗ ਪੂਰਾ ਤਿੰਨ ਜਾਗਿਆ ਜਪਿਆ ਨਿਰੰਕਾਰ। ਭਾਈ ਉਹਨਾਂ ਦੇ ਭਾਗ ਜਾਗ ਪੈਂਦੇ ਨੇ ਜਿਹੜੇ ਨਿਰੰਕਾਰ ਨੂੰ ਜਾਣ ਕੇ ਫਿਰ ਜਪਦੇ ਨੇ। ਭਾਗ ਪੂਰਾ ਤਿੰਨ ਜਾਗਿਆ ਜਪਿਆ ਨਿਰੰਕਾਰ, ਸਾਧੂ ਸੰਗਤ ਲੱਗਿਆ ਤਰਿਆ ਸੰਸਾਰ। ਕਹਿੰਦੇ ਭਾਈ ਨਿਰੰਕਾਰ ਨੂੰ ਜਾਣ ਕੇ ਜਿਹੜੇ ਸਤਸੰਗ ਦੇ ਨਾਲ ਜੁੜ ਜਾਂਦੇ ਨੇ, ਉਹ ਆਪਣੀ ਆਤਮਾ ਦੀ ਵੀ ਰਿਟਾਇਰਮੈਂਟ ਕਰ ਲੈਂਦੇ ਨੇ, ਕਿਉਂਕਿ ਆਤਮਾ ਵਿਚਾਰੀ 84 ਲੱਖ ਜੂਨਾ ਬਹੁਤ ਵੱਡਾ ਚੱਕਰ, ਇਹਨੂੰ ਵੀ ਅਸੀਂ ਰਿਟਾਇਰ ਕਰਾਉਣਾ, ਇਹਨੂੰ ਵੀ ਜਮਾਂ ਦੀਆਂ ਮਾਰਾਂ ਤੋਂ ਬਚਾਉਣਾ। ਗੁਰੂ ਧਰਤੀ 'ਤੇ ਪ੍ਰਗਟ ਹੁੰਦਾ ਰਹਿੰਦਾ, ਸਤਯੁਗ ਦਾ ਸਮਾਂ, ਤ੍ਰੇਤਾ ਦੁਆਪਰ ਕਲਯੁਗ ਦਾ ਸਮਾਂ, ਹਰ ਯੁੱਗ ਦੇ ਅੰਦਰ ਗੁਰੂ ਧਰਤੀ 'ਤੇ ਪ੍ਰਗਟ ਰਹਿੰਦਾ। ਭਾਈ ਗੁਰਦਾਸ ਇਸ ਗੱਲ ਦਾ ਵੱਡਾ ਪ੍ਰਮਾਣ ਦਿੰਦੇ ਨੇ, ਕਵਿਤ ਨੰਬਰ ਬਹੁਤ ਪਿਆਰਾ 51, ਰੋਮ ਰੋਮ ਕਾਓਟ ਬਾਹ ਕਾਟ ਕੋ ਕਾਟ ਕੇ, ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ ਜਾ, ਸਮਾਨ ਸੁਧਾਰ ਧਾਰ ਦਰਸ਼ ਦਿਖਾਏ ਹੈ, ਜਾ ਕੇ ਓਂਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਸ਼੍ਰੀ ਮੁੱਖ ਸ਼ਬਦ ਗੁਰੂ ਸਿੱਖ ਨੇ ਸੁਣਾਏ ਹੈ। ਭਾਈ ਗੁਰਦਾਸ ਕਹਿੰਦੇ, ਐਸਾ ਪਰਮਾਤਮਾ, ਐਸਾ ਪਰਮੇਸ਼ਰ ਜਿਹਦੇ ਇੱਕ ਇੱਕ ਰੋਮ ਦੇ ਅੰਦਰ ਕਰੋੜਾਂ ਕਰੋੜਾਂ ਖੰਡ ਬ੍ਰਹਮੰਡ ਵਾਸ ਕਰਦੇ ਨੇ, ਮਾਨਸ਼ ਦੇਹੀ ਦੇ ਵਿੱਚ ਧਰਤੀ 'ਤੇ ਪ੍ਰਗਟ ਹੋ ਜਾਂਦਾ। ਅੱਜ ਸਤਿਗੁਰ ਸਦੀਕਸ਼ਾ ਮਹਾਰਾਜ ਧਰਤੀ 'ਤੇ ਪ੍ਰਗਟ ਹਨ। ਸਵਾਉ ਸਾਧ ਸੰਗਤ, ਬਿਲਕੁਲ ਇਸੇ ਤਰ੍ਹਾਂ ਰੱਬ ਨੂੰ ਜਾਣਨ ਵਾਲੇ ਮਹਾਤਮਾ ਅਤਰ ਸਿੰਘ ਜੀ ਦਾ ਪਰਿਵਾਰ ਬੈਠਾ, ਇਹਨਾਂ ਨੇ ਪੂਰੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਨਿਰੰਕਾਰ ਦੇ ਦਰਸ਼ਨ ਕੀਤੇ, ਨਿਰੰਕਾਰ ਨੂੰ ਜਾਣਿਆ ਅਤੇ ਹੁਣ ਨਿਰੰਕਾਰ ਦੀ ਭਗਤੀ ਵਿੱਚ ਲੱਗੇ ਹੋਏ ਹਨ। ਤੋ ਆਓ ਸਾਧ ਸੰਗਤ, ਬਿਲਕੁਲ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿੰਨੀ ਮਰਜ਼ੀ ਭਗਤੀ ਕਰੋ, ਪਰ ਜਿਹਦੀ ਭਗਤੀ ਕਰਦੇ ਹੋ ਪਹਿਲਾਂ ਉਹਦੇ ਦਰਸ਼ਨ ਕਰ ਲਓ। ਕਿਹੜਾ ਪਰਮਾਤਮਾ ਜਿਹੜਾ ਕਣ ਕਣ 'ਚ ਬੈਠਾ, ਪੱਤੇ ਪੱਤੇ, ਡਾਲੀ ਡਾਲੀ, ਜਰੇ ਜਰੇ 'ਚ ਬੈਠਾ,
ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਪਰਮਾਤਮਾ ਨਾ ਹੋਵੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਕਹਿਣ ਲੱਗੇ, ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡੇਠਾ ਨਾਲ। ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ 48 ਨੰਬਰ ਤੇ ਮਹਾਂਵਾਕ ਪੜ੍ਹਨ ਨੂੰ ਮਿਲਦਾ, ਰਾਗ ਸ਼੍ਰੀ ਮਹੱਲਾ ਪੰਜਵਾਂ। ਕਹਿੰਦੇ ਐ ਦੁਨੀਆਂ ਵਾਲੋ, ਜਿਸ ਕਾਰਨ ਮੈਂ ਸੋਹਣਾ ਜਿਹਾ ਸਰੀਰ ਲੈ ਕੇ ਧਰਤੀ ਤੇ ਆਇਆ, ਜਿਵੇਂ ਅਸੀਂ ਸਾਰੇ ਬੈਠੇ ਹਾਂ, ਉਹ ਪ੍ਰਭੂ ਪਰਮਾਤਮਾ ਮੈਂ ਬਿਲਕੁਲ ਆਪਣੇ ਨਾਲ ਵੇਖਿਆ। ਬੜੇ ਲੋਕੀ ਹੈਰਾਨ ਹੋਏ, ਪੁੱਛਣ ਲੱਗੇ, ਬਾਬਾ ਜੀ ਕਿਵੇਂ ਦੇਖਿਆ ਤੁਸੀਂ, ਕੋਈ ਕਰਮ ਕਾਂਡ ਕਰਕੇ ਦੇਖਿਆ? ਕਹਿੰਦੇ ਨਹੀਂ ਭਾਈ, ਜਪ ਤਪ ਪੂਜਾ ਪਾਠ ਕਰਕੇ ਦੇਖਿਆ। ਕਹਿੰਦੇ ਨਹੀਂ ਭਾਈ, ਕੋਈ ਸਰੀਰਾਂ ਨੂੰ ਕਸ਼ਟ ਦੇ ਕੇ ਪਰਮਾਤਮਾ ਦੇਖਿਆ? ਕਹਿੰਦੇ ਨਹੀਂ ਭਾਈ। ਲੋਕੀ ਬੜੇ ਹੈਰਾਨ ਹੋਏ, ਸੱਚੇ ਪਾਤਸ਼ਾਹ ਤੇਰੇ ਤੁਸੀਂ ਪਰਮਾਤਮਾ ਕਿਵੇਂ ਦੇਖਿਆ? ਬੜਾ ਪਿਆਰਾ ਉਹਨਾਂ ਦਾ ਵਾਕ ਗੁਰੂ ਗ੍ਰੰਥ ਸਾਹਿਬ ਦੇ ਅੰਦਰ 375 ਨੰਬਰ ਤੇ ਪੜ੍ਹਨ ਨੂੰ ਮਿਲਦਾ, ਰਾਗ ਆਸ਼ਾ ਮਹੱਲਾ ਪੰਜਵਾਂ। ਕਰ ਕਿਰਪਾ ਹਰ ਪ੍ਰਗਟੀ ਆਇਆ, ਮਿਲ ਸਤਿਗੁਰ ਤਨ ਪੂਰਾ ਪਾਇਆ। ਐਸਾ ਹਰੀ ਤਨ ਸਾਂਚੀਏ ਭਾਈ, ਭੈ ਨਾ ਜਾਲੇ ਜਾਲਾਂ ਡੋਬੇ, ਸੰਗ ਛੋੜ ਕਰ ਕਿਤੂ ਨਾ ਜਾਈ। ਕਹਿੰਦੇ ਮੈਨੂੰ ਪੂਰਾ ਗੁਰੂ ਮਿਲ ਗਿਆ, ਪੂਰੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਮੈਂ ਨਿਰੰਕਾਰ ਦੇ ਦਰਸ਼ਨ ਕਰ ਲਏ। ਕਹਿੰਦੇ ਇੱਕ ਸਮਾਂ ਐਸਾ ਆਵੇਗਾ, ਮੇਰੇ ਸੰਗੀ ਸਾਥੀ ਦੋਸਤ ਮਿੱਤਰ ਮੇਰਾ ਸਾਥ ਛੱਡ ਜਾਣਗੇ, ਪਰ ਇਹ ਮੇਰਾ ਸਾਥ ਨਹੀਂ ਛੱਡੇਗਾ, ਸੰਗ ਛੋੜ ਕਰ ਕਿਤੂ ਨਾ ਜਾਈ। ਹਰ ਸਮੇਂ ਕਹਿੰਦੇ ਮੇਰੇ ਨਾਲ ਰਹਿਣ ਵਾਲਾ ਪਰਮਾਤਮਾ ਕਹਿੰਦੇ ਮੇਰੀ ਰਾਖੀ ਕਰੇਗਾ। ਤੂੰ ਆਓ ਸਾਧ ਸੰਗਤ, ਆਤਮਾ ਨੂੰ ਮੁਕਤ ਕਰਾਈਏ। ਬਿਲਕੁਲ ਇਸੇ ਤਰ੍ਹਾਂ ਸਮਾਂ ਬਿਲਕੁਲ ਸਮਾਪਤੀ ਤੇ ਆ ਗਿਆ। ਦਾਸ ਜ਼ਿਆਦਾ ਸਮਾਂ ਨਹੀਂ ਲਊ, ਮਾਤਾ ਪਿਤਾ ਦੀ ਸੇਵਾ ਕਰਿਆ ਕਰੋ, ਵੱਡਿਆਂ ਦਾ ਸਤਿਕਾਰ ਕਰੋ, ਘਰਾਂ ਨੂੰ ਸਵਰਗ ਬਣਾ ਲਓ। ਅੱਜ ਸਹਿਣਸ਼ੀਲਤਾ ਵਿਸ਼ਾਲਤਾ ਦੀ ਪਰਿਵਾਰਾਂ ਦੇ ਅੰਦਰ ਬਹੁਤ ਜ਼ਰੂਰਤ ਹੈ, ਪਰ ਨੂਰ ਜ਼ਿੰਦਗੀ ਕੀ ਸ਼ਹਿਰ ਖੋ ਰਹੇ ਹੈ ਲੋਕ, ਸੂਰਜ ਚੜ੍ਹਾ ਹੁਆ ਮਗਰ ਸੋ ਰਹੇ ਹੈ ਲੋਕ। ਮਨ ਅੰਤਰ ਕੀ ਜੋਤ ਜਗਾ ਲੈ ਤੂੰ, ਯਾਰੀ ਨਾਲ ਸੱਜਣ ਦੇ ਲਾ ਲੈ ਤੂੰ, ਰਾਮ ਰਹੀਮ ਤੇ ਮੌਲਾ ਕੀ ਸਮਝ ਲਿਆ ਤੇ ਰੌਲਾ ਕੀ। ਤੂੰ ਦਾਸ ਇਹਨਾਂ ਪਰਿਵਾਰਾਂ ਨੂੰ ਮੁਬਾਰਕਬਾਦ ਦਿੰਦਾ, ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ, ਘਰਾਂ ਦੇ ਅੰਦਰ ਖੁਸ਼ੀਆਂ ਆਸੇ ਖੇੜੇ, ਗੁਰੂ ਦੀ ਭਗਤੀ ਨਾਲ ਜੁੜ ਕੇ ਇਸੇ ਤਰ੍ਹਾਂ ਸੇਵਾਵਾਂ ਕਰਦੇ ਰਹੋ। ਕਿਸੇ ਕੋਈ ਵੀ ਕਮੀ ਨਾ ਰਹੇ, ਖੁਸ਼ੀ ਦੇ ਦਿਓ ਇਤਨੀ ਕਮੀ ਨਾ ਰਹੇ। ਸਤਿ ਸੰਗਤ ਜੀ ਪਿਆਰ ਨਾਲ ਬੋਲਣਾ।